ਸ਼ੁਕਰ ਅਸਲਾਮ ਅਲੈਕੁਮ ਨਮਸਤੇ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਹੀ ਖੁਸ਼ ਹੋਵੋਗੇ ਆਬਾਦ ਹੋਵੋਗੇ ਜ਼ਿੰਦਾਬਾਦ ਹੋਵੋਗੇ ਅਤੇ ਬੜੇ ਘੈਂਟ ਹੋਵੋਗੇ ਔਰ ਮੈਂ ਪਰਮਾਤਮਾ ਅੱਗੇ ਹਮੇਸ਼ਾ ਤੁਹਾਡੇ ਸਾਰਿਆਂ ਵਾਸਤੇ ਇਹੀ ਅਰਦਾਸ ਕਰਦੀ ਹਾਂ ਇਹੀ ਦੁਆ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਹੀ ਸਾਰੇ ਹੱਸਦੇ ਮੁਸਕਰਾਉਂਦੇ ਰਹੋ ਤੁਹਾਡੀਆਂ ਸਾਰੀਆਂ ਖੁਸ਼ੀਆਂ ਪਰਮਾਤਮਾ ਪੂਰੀਆਂ ਕਰੇ ਤੁਸੀਂ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਆਪਣੇ ਫੈਮਲੀਆਂ ਦੇ ਨਾਲ ਹਮੇਸ਼ਾ ਖੁਸ਼ ਤੰਦਰੁਸਤ ਰਹੋ ਔਰ ਪਰਮਾਤਮਾ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇ ਅੱਜ ਬਣਾ ਰਹੀ ਹਾਂ ਜੀ ਮੈਂ ਪੰਜਾਬੀਆਂ ਦੀ ਆਨ ਬਾਨ ਅਤੇ ਸ਼ਾਨ ਕੀ ਦੱਸੋ ਦੱਸੋ ਕੀ ਬਣਾ ਰਹੀ ਹਾਂ ਮੈਂ ਜਲਦੀ ਦੱਸੋ ਤੁਹਾਡੇ ਕੋਲ ਸਿਰਫ ਇੱਕ ਮਿੰਟ ਆ ਇੱਕ ਮਿੰਟ ਦੇ ਵਿੱਚ ਗੈਸ ਕਰਕੇ ਤੁਸੀਂ ਦੱਸਣਾ ਕਿ ਮੈਂ ਕੀ ਬਣਾ ਰਹੀ ਹਾਂ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬੀਆਂ ਦੀਆਂ ਤਿੰਨ ਕਮਜ਼ੋਰੀਆਂ ਜ਼ਿਆਦਾ ਨੇ ਇੱਕ ਤਾਂ ਹੋ ਗਿਆ ਸਾਗ ਨਾਲ ਮੱਕੀ ਦੀ ਰੋਟੀ ਅਤੇ ਦੂਸਰੇ ਨੰਬਰ 'ਤੇ ਆ ਜਾਂਦਾ ਹੈ ਰਾਜਮਾ ਚਾਲ ਅਤੇ ਤੀਸਰੇ ਨੰਬਰ 'ਤੇ ਆ ਜਾਂਦੀ ਹੈ ਕੜੀ ਹਾਂਜੀ ਜੀ ਮੈਂ ਕੜੀ ਦੀ ਗੱਲ ਕਰ ਰਹੀ ਹਾਂ ਅਸੀਂ ਬਣਾ ਰਹੇ ਹਾਂ ਕੜੀ ਅਤੇ ਕੜੀ ਬਣਾਉਣ ਵਾਸਤੇ ਸਾਨੂੰ ਕੀ ਚਾਹੀਦਾ ਆ ਉਹ ਚਾਹੀਦੀ ਆ ਸਾਨੂੰ ਲੱਸੀ ਜੋ ਕਿ ਹੈਗੀ ਆ ਸਾਡੇ ਕੋਲ ਲੱਸੀ ਹੈਗੀ ਆ ਜੀ ਚਾਟੀ ਦੀ ਲੱਸੀ ਦੀ ਤਾਂ ਕਿਆ ਕਹਿਣੇ ਆ ਜੀ ਬਹੁਤ ਵਧੀਆ ਹੁੰਦੀ ਚਾਟੀ ਦੀ ਲੱਸੀ ਔਰ ਚਾਟੀ ਦੀ ਲੱਸੀ ਪਿੰਕ ਰੰਗ ਦੀ ਵਿੱਚ ਉਹ ਥੋੜ੍ਹੀ ਮਲਾਈ ਹੁੰਦੀ ਹੈ ਜਿਹਨੂੰ ਸ਼ੁੱਧੀ ਬੋਲਦੇ ਆ ਪਤਾ ਨਹੀਂ ਤੁਹਾਡੇ ਕੀ ਬੋਲਦੇ ਆ ਔਰ ਉਹਦੀ ਜਿਹੜੀ ਖੁਸ਼ਬੂ ਹੁੰਦੀ ਨਾ ਧੂੰਏ ਦੀ ਆਹਾ ਹਾ ਔਰ ਕੜੀ ਸਭ ਤੋਂ ਵਧੀਆ ਬਣਦੀ ਹੈ ਜੀ ਚਾਟੀ ਦੀ ਲੱਸੀ ਦੀ ਉਹਦੇ ਵਾਸਤੇ ਸਾਨੂੰ ਜੀ ਲੱਸੀ ਅੱਜ ਆਈ ਆ ਕਿਤੋਂ ਮਤਲਬ ਕਿਸੇ ਰਿਸ਼ਤੇਦਾਰ ਦੇ ਆਈ ਆ ਮਤਲਬ ਸਾਡੇ ਮਾਮੀ ਜੀ ਦੇ ਕੇ ਗਏ ਆ ਅਤੇ ਹੁਣ ਅਸੀਂ ਬਣਾਵਾਂਗੇ ਕੜੀ ਇਹ ਕੜੀ ਵਾਸਤੇ ਲੱਸੀ ਲੈ ਲਈ ਅਸੀਂ ਅਤੇ ਬਾਕੀ ਜੋ ਸਮਾਨ ਹੈ ਉਹ ਵੀ ਦੇਖਦੇ ਜਾਓ ਨਾਲ ਜੀ ਤੁਸੀਂ ਇੱਧਰ ਹੈਗੀ ਹੈ ਜੀ ਇੱਕ ਕਟੋਰੀ ਬੇਸਣ ਦੀ ਦੂਜੇ ਨੰਬਰ 'ਤੇ ਹੈ ਜੀ ਸਾਡੇ ਕੋਲ ਚੌਪ ਕੀਤਾ ਹੋਇਆ ਅਦਰਕ ਚੌਪ ਕੀਤਾ ਹੋਇਆ ਲਸਣ ਹਰੀਆਂ ਮਿਰਚਾਂ ਲਾਲ ਸੁੱਕੀਆਂ ਮਿਰਚਾਂ ਅਤੇ ਕੜੀ ਪੱਤਾ ਜਿਸ ਤੋਂ ਬਿਨਾਂ ਕੜੀ ਹੈਗੀ ਅਧੂਰੀ ਇੱਧਰ ਹੈਗੀ ਹੈ ਜੀ ਹਿੰਗ ਅਤੇ ਨਾਲ ਹੈਗਾ ਧਨੀਆ ਪਾਊਡਰ ਇੱਧਰ ਹੈ ਜੀ ਮੇਰੇ ਕੋਲ ਜੀਰਾ ਅਤੇ ਨਾਲ ਹੈਗੀ ਹੈ ਜੀ ਮੇਥੇ ਇੱਧਰ ਹੈਗੀ ਆ ਸੁੱਕੀ ਲਾਲ ਮਿਰਚ ਦਾ ਪਾਊਡਰ ਯਾਨੀ ਕਿ ਦੇਗੀ ਮਿਰਚ ਇਹ ਹੈਗੀ ਆ ਜੀ ਘਰ ਦੀ ਹਲਦੀ ਅਤੇ ਨਾਲ ਹੈਗਾ ਜੀ ਪਾਕਿਸਤਾਨੀ ਨਮਕ ਅਤੇ ਹੁਣ ਅਸੀਂ ਬਣਾਵਾਂਗੇ ਜੀ ਕੜੀ ਅਤੇ ਕੜੀ ਬਣਾਉਣ ਵਾਸਤੇ ਸਾਨੂੰ ਜਿਹੜਾ ਬੇਸਣ ਹੈ ਇਹ ਪਾਉਣਾ ਪੈਣਾ ਲੱਸੀ ਦੇ ਵਿੱਚ ਇਹਨੂੰ ਅਸੀਂ ਛਾਣ ਲਿਆ ਸੀਗਾ ਅਤੇ ਛਾਣ ਕੇ ਅਸੀਂ ਇਹਨੂੰ ਹੁਣ ਪਾ ਦਿੱਤਾ ਹੈ ਲੱਸੀ ਦੇ ਵਿੱਚ ਅਤੇ ਹੁਣ ਅਸੀਂ ਇਹਨੂੰ ਕਰਾਂਗੇ ਮਿਕਸ ਪਰ ਮੈਨੂੰ ਲੱਭਦਾ ਨਹੀਂ ਮੈਂ ਮਿਕਸ ਕਰਨ ਵਾਲਾ ਬਲੈਂਡਰ ਕਿੱਥੇ ਰੱਖ ਲਿਆ ਮੈਂ ਕਨਫਿਊਜ਼ ਹੋ ਗਈ ਹਾਂ ਕਰ ਦੇਵਾਂਗੇ ਮਿਕਸ ਇਹਨੂੰ ਵਿੱਚ ਅੱਛੀ ਤਰ੍ਹਾਂ ਗੁੱਠਲੀਆਂ ਨਹੀਂ ਰਹਿਣ ਦੇਣੀਆਂ ਯਾਨੀ ਕਿ ਗੰਢਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਮਤਲਬ ਲੰਬਸ ਨਹੀਂ ਹੋਣੀ ਚਾਹੀਦੇ ਠੀਕ ਹੈ ਜੀ ਅਗਰ ਤੁਸੀਂ ਇੰਸਟੈਂਟ ਕੜੀ ਬਣਾਉਣਾ ਚਾਹੁੰਦੇ ਹੋ ਨਾ ਜਿਵੇਂ ਹੁਣ ਤੁਸੀਂ ਆਹ ਬੇਸਣ ਘੋਲਿਆ ਨਾ ਲੱਸੀ ਦੇ ਵਿੱਚ ਤੁਸੀਂ ਇਹਦੇ ਨਾਲ ਹੀ ਪਾ ਦਿਓ ਹਲਦੀ ਨਮਕ ਔਰ ਮਿਰਚ ਪਾ ਦਿਓ ਅਤੇ ਨਾਲ ਹੀ ਚੌਪ ਕਰਕੇ ਯਾਨੀ ਕਿ ਪੇਸਟ ਬਣਾ ਕੇ ਲਸਣ ਪਿਆਜ਼ ਅਤੇ ਅਦਰਕ ਪਾ ਦਿਓ ਅਤੇ ਤੜਕਾ ਸਿਰਫ ਤੁਸੀਂ ਉਹਨੂੰ ਜੀਰੇ ਦਾ ਅਤੇ ਮੇਥਰਿਆਂ ਦਾ ਲਗਾ ਸਕਦੇ ਹੋ ਲੇਕਿਨ ਮੈਂ ਉਸ ਤਰ੍ਹਾਂ ਨਹੀਂ ਬਣਾ ਰਹੀ ਅੱਜ ਕਿਸੇ ਦੀ ਫਰਮਾਇਸ਼ 'ਤੇ ਬਣਾ ਰਹੀ ਹਾਂ ਮੈਂ ਕੜੀ ਪਹਿਲਾਂ ਮੈਂ ਵੀਡੀਓ ਪਾ ਚੁੱਕੀ ਹਾਂ ਲੇਕਿਨ ਹੁਣ ਕਿਸੇ ਦੀ ਜ਼ੋਰਦਾਰ ਫਰਮਾਇਸ਼ 'ਤੇ ਮੈਂ ਬਣਾ ਰਹੀ ਹਾਂ ਉਹ ਜਿਹੜੀ ਫਰਮਾਇਸ਼ ਹੈਗੀ ਉਹ ਹੈਗੀ ਜੀ ਸਾਡੀ ਦਿਸ਼ਾ ਦੀ ਅਤੇ ਬੇਸਣ ਅਸੀਂ ਘੋਲ ਲਿਆ ਅੱਛੀ ਤਰ੍ਹਾਂ ਦੇਖੋ ਜੀ ਘੁਲ ਚੁੱਕਾ ਹੈ ਪੂਰੀ ਤਰ੍ਹਾਂ ਅਤੇ ਹੁਣ ਇਹਦੇ ਵਿੱਚ ਮੈਂ ਜੋ ਐਡ ਕਰਾਂਗੀ ਉਹ ਹੈਗਾ ਆ ਜੀ ਹਲਦੀ ਅਤੇ ਨਮਕ ਐਡ ਕਰ ਦੇਵਾਂਗੇ ਅਤੇ ਇਹਨੂੰ ਵੀ ਅਸੀਂ ਮਿਕਸ ਕਰ ਦੇਵਾਂਗੇ ਅੱਛੀ ਤਰ੍ਹਾਂ ਲੱਸੀ ਦੀ ਕੜੀ ਦਹੀਂ ਦੀ ਕੜੀ ਨਹੀਂ ਇੰਨੀ ਵਧੀਆ ਬਣਦੀ ਜਿੰਨੀ ਕਿ ਲੱਸੀ ਦੀ ਬਣਦੀ ਆ ਸਪੈਸ਼ਲੀ ਚਾਟੀ ਦੀ ਲੱਸੀ ਦੀ ਕਿਉਂਕਿ ਉਹ ਜਿਹੜੀ ਚਾਟੀ ਦੀ ਲੱਸੀ ਹੁੰਦੀ ਨਾ ਪਿੰਡਾਂ ਦੇ ਵਿੱਚ ਮਤਲਬ ਹੁਣ ਤਾਂ ਕਾਫੀ ਲੋਕ ਘੱਟ ਗਏ ਨੇ ਉਹ ਕਾੜਨੀ ਦਾ ਦੁੱਧ ਹੁੰਦਾ ਜਿਹੜਾ ਨਾ ਕਾੜਨੀ ਦਾ ਦੁੱਧ ਚਾਹੁੰਦੇ ਦੁੱਧ ਨੂੰ ਕਾੜ ਕੇ ਨਾ ਪਾਥੀਆਂ ਲਗਾ ਕੇ ਨੀਚੇ ਗੋਹੇ ਲਗਾ ਕੇ ਨਾ ਉਹਨੂੰ ਰੱਖ ਦਿੰਦੇ ਆ ਉਹ ਦੁੱਧ ਕੱਢਦਾ ਰਹਿੰਦਾ ਅਤੇ ਕੜਕੜ ਕੇ ਮਲਾਈ ਹੋ ਜਾਂਦੀ ਲਾਲ ਅਤੇ ਦੁੱਧ ਹੋ ਜਾਂਦਾ ਗੁਲਾਬੀ ਅਤੇ ਫਿਰ ਜਦੋਂ ਉਹਦੀ ਲੱਸੀ ਬਣਦੀ ਆ ਨਾ ਆਹ ਮਜ਼ਾ ਹੀ ਆ ਜਾਂਦਾ ਪੀ ਕੇ ਪੀਣ ਦਾ ਮਜ਼ਾ ਬੜਾ ਹੁੰਦਾ ਲੇਕਿਨ ਗਰਮੀਆਂ ਨੂੰ ਮੈਨੂੰ ਤਾਂ ਵੈਸੇ ਲੱਸੀ ਪਸੰਦ ਨਹੀਂ ਆ ਸਾਡੇ ਘਰ ਦੇ ਸਾਰੇ ਬਹੁਤ ਖੁਸ਼ ਹੋ ਗਏ ਪੀਂਦੇ ਲੱਸੀ ਬਟ ਮੈਨੂੰ ਨਹੀਂ ਪਸੰਦ
ठंड लगती लस्सी का ना लैके मैनू। तो इधर कढ़ाई रख दी है गैस से। चलो जी हुण लाइए कढ़ी नू तड़का। तो कढ़ी बनाने वास्ते असी जो बिच पाना है, नंबर वन ते आंदा मेथे। मेथियां तो बिना जी कढ़ी हैगी अधूरी, इस करके सब तो पहला पावांगे असी मेथे, यानी कि फेनुग्रीक सीड्स, यानी कि मेथे। असी मेथे कहने, काफ़ी लोग मेथरे कहते हैं। तो सैकेंड नंबर ते मैं पावांगी जीरा। मीरा पाएगी जीरा, क्यों होमा सिस्टर। ते उस तो बाद असी पावांगे कड़ी पत्ता। कड़ी पत्ता पावांगे जी, कड़ी पत्ता। कड़ी पत्ता ने किया डांस जिसा साड़ी भज के हुई पिछे। ते नाल पावांगे सुकी लाल मिर्च, थोड़ा जहा इनू भी डांस कर देवे। डांसियाँ कर लो चंगी तरह। तो फिर जो इन्होंने डांस कर लिया, फिर असी बाकी मटीरियल जो भी खाना वो पावे। चलो जी हूँ पावे असी खूब सारा लसन। लसन ते मेथे जड़े ना, ये कड़ी की जान ने। देखो जरा, तुसी देखो कितनी मज़ेदार कड़ी बनने वाली है। खतरनाक कड़ी, खतरनाक। इन्नी वधिया खुशबू आ रही मेथियां दी, तुसी जज कर सकते हो किवें दी आ रही होएगी। आय हाय हाय हाय, अज मजा आने वाला। नाल असी चाह बना, ते नाल मैं पा रही हूँ हिंग। हिंग क्यों पाई है तुहानू पता ही होना, काफ़ी लोगों को पता है हिंग जिहड़ी सानू बाएबाजी तो बचाती है, पेट च गैस नहीं बनती, डाइजेस्ट हो जाती जल्दी, कड़ी होंदी आ। जरूर हिंग पायो। वैसे तो सर्दियों च कड़ी जिहड़ी आ काफ़ी लोग नहीं खाते, लेकिन साढ़े घर के खाते आ, ये रह ही नहीं सकते कड़ी तो बिना। स्पैशल मेरे मम्मी, भावें जिन्नी मर्जी खंघ हुई हो, जिन्ना मर्जी जुकाम होया हो, पर मेरे मम्मी ने कड़ी खानी खानी है। पता की कहते, कोई नहीं दवाई खा लाँगे बाद च, जब कड़ी मुड़ के मिलनी नहीं होंगी। होर सुनाओ सारे का की हाल है, कमेंट करके दस्यो किनू कड़ी पसंद है। पहले मैं वीडियो शेयर की हुई आ पकौड़िया वाली कड़ी की भी, और जो मोटिया पकौड़िया होंगे वो वाली भी शेयर की हुई है। और प्लीज़ जी मेरी वीडियो में जरूर वॉच करो। सारे चले गए मैं छड़ के, मेरा साथ छड़ गए सारे बेवफा तुसी सारे जी। ऐदा नहीं करीदा हुंदा, जदों असी किसी प्यार पाने या किसी के नाल फ्रेंडशिप पाने या दोस्ती करते हैं तो निभानी भी चाहिए है। मैं नहीं कहती कि मैं नहीं जाती किसी के घर, लेकिन मैं जो नोटिफिकेशन आता ना मैं जरूर कोशिश करती हूँ जावा हर एक घर। और कभी कभी हो जाता बंदा बिजी हो जाता है। देखो जी लसन अपना जोड़ा हो गया हल्का जहा ब्राउन। तो नैक्सट असी पावे ये अदरक, फाइनली चॉप किया हुआ। लो जी गया अदरक विच, ते नाल ही मैं साबत हरिया मिर्चा पावगी। क्या शानदार कलर आ रहा जी, और क्या शानदार खुशबू आ रही है, मैका आ रही है कड़ी दिया। मिर्चा लग गए पटाके मार। तो हूँ मैं पा रही हूँ मेथी, हरी मेथी पा रही हूँ मैं। तो नाल ही पा रही हूँ जी मैं लाल मिर्च, बाजी वाह। तो धनिया पाउडर पा देवे नाल। उस तो बाद पावे असी प्याज, प्याज प्याज यानी कि गंडा। गंडा सिंह पा देवे, गंडा सिंह पा के असी थोड़ा देर इनू सौटे करांगे प्याज नू सॉफ्ट। मिर्चा ने मारे पटाके ते दिशा भज के हो गई पिछे। गलती मेरे को ये हो गई कि मैं कट लगा के नहीं मिर्चा पाइया। हो जाता बंदे को यार कभी कभी गलती हो जाती है, लेकिन दिशा तो साड़ी गुस्सा ही कर गई। कहती भूआ जी तुसी जान के मैनू डराने वास्ते इदा किया है। दिशा ने मैं कहा नहीं, मैनू याद भुल गया कि मैं कट लगा के पाना सी। हुण इह जिहड़ी मेरी कढ़ी है ना, ये सारे पाकिस्तान ने खानी है। पाकिस्तान के जिन्हिया भी मेरिया भैन, मेरे भरा, मेरिया मामा, छोटे छोटे बच्चे,
ਸਾਰਿਆਂ ਵਾਸਤੇ ਕੜੀ ਆ, ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਤੋਂ ਬਾਹਰ ਬੈਠੇ ਹੋਏ ਲੋਕਾਂ ਵਾਸਤੇ ਵੀ। ਲਓ ਜੀ, ਛੋਟੇ ਕਰਾਂਗੇ। ਅਤੇ ਹੁਣ ਨੈਕਸਟ ਜੋ ਮੈਂ ਇਹਦੇ ਵਿੱਚ ਪਾਵਾਂਗੀ ਉਹ ਹੈਗੀ ਹੈ ਆਲੂ, ਕਿਉਂਕਿ ਕੜੀ ਬਣ ਰਹੀ ਹੈ ਸਾਡੀ ਆਲੂਆਂ ਵਾਲੀ, ਅਤੇ ਆਲੂ ਤਾਂ ਸਾਨੂੰ ਪਾਉਣੇ ਹੀ ਪੈਣੇ ਆ। ਤੁਸੀਂ ਬਸ ਖਾਣ ਲਈ ਤਿਆਰ ਹੋ ਜਾਓ। ਅਸੀਂ ਨਾਲ ਬਣਾਵਾਂਗੇ ਬੋਇਲਡ ਰਾਈਸ ਜਾਂ ਜੀਰਾ ਰਾਈਸ। ਆਲੂ ਪੈ ਗਏ, ਪੈ ਗਏ ਜੀ, ਪੈ ਗਏ। ਲਓ ਮਿਕਸ ਕਰ ਦਿੱਤਾ, ਅਤੇ ਤੁਸੀਂ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਕੜੀ ਦਾ ਤੜਕਾ। ਆਹਾ ਹਾ, ਖਤਰਨਾਕ ਤੜਕਾ ਤਿਆਰ ਹੋ ਗਿਆ ਸਾਡਾ। ਅਤੇ ਹੁਣ ਅਸੀਂ ਇਹਨੂੰ ਸਰ ਇੱਕ ਮਿੰਟ ਸੌਟੇ ਕਰਨਾ ਆ। ਮਿਲਦੇ ਆ ਜੀ ਇੱਕ ਮਿੰਟ ਬਾਅਦ। ਇੱਕ ਮਿੰਟ ਹੋ ਗਿਆ, ਹੁਣ ਮੈਂ ਐਡ ਕਰਨ ਜਾ ਰਹੀ ਹਾਂ ਵਿੱਚ ਆਪਣੀ ਲੱਸੀ, ਜਿਹਦੇ ਵਿੱਚ ਅਸੀਂ ਬੇਸਣ ਘੋਲਿਆ ਹੋਇਆ। ਸੋਰੀ ਮੈਨੂੰ ਖਾਂਸੀ ਆ ਗਈ, ਐਡ ਕਰ ਦੇਵਾਂਗੇ ਜੀ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ ਮੀਰਾ। ਰੰਗ ਦੇਖੋ ਤੁਸੀਂ ਕੜੀ ਦਾ, ਸ਼ਾਨ ਦੇਖੋ ਤੁਸੀਂ ਕੜੀ ਦੀ, ਪੰਜਾਬੀਆਂ ਦੀ ਜਾਨ ਕੜੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਕੜੀ ਸਾਡੀ। ਸੋਰੀ ਮੈਨੂੰ ਖਾਂਸੀ ਆ ਕੇ, ਦੇਖੋ ਕਿੰਨੀ ਅੱਛੀ ਕੜੀ ਆਪਣੀ ਕਲਰ ਆਇਆ ਕੜੀ ਨੂੰ। ਅਤੇ ਹੁਣ ਅਸੀਂ ਇਹਨੂੰ ਜਦੋਂ ਬੋਇਲ ਆਉਣਾ ਸ਼ੁਰੂ ਹੋ ਗਿਆ ਨਾ, ਗੈਸ ਦਾ ਫਲੇਮ ਘੱਟ ਕਰਕੇ ਢੱਕਣ ਲਗਾ ਕੇ, ਅਤੇ ਮੈਂ ਇਹਨੂੰ ਘੱਟ ਤੋਂ ਘੱਟ ਵੀ ਇੱਕ ਘੰਟਾ ਜਿਹੜੀ ਨਾ ਕੜੀ ਨੂੰ ਬੋਇਲ ਕਰਨਾ ਆ, ਕਿਉਂਕਿ ਤੁਹਾਨੂੰ ਪਤਾ ਹੈ ਕੜੀ ਬਣਦੀ ਆ ਕੜ ਕੜ ਕੇ, ਅਤੇ ਬੰਦਾ ਅਫਸਰ ਬਣਦਾ ਆ ਪੜ ਪੜ ਕੇ, ਧੁੱਪ ਸੇਕੀ ਦੀ ਆ ਕੋਠ 'ਤੇ ਚੜ ਚੜ ਕੇ, ਅਤੇ ਅੱਧੇ ਲੋਕ ਉੱਦਾਂ ਹੀ ਮਰ ਜਾਂਦੇ ਆ ਦੂਸਰੇ ਵੱਲ ਦੇਖ ਕੇ ਸੜ ਸੜ ਕੇ। ਅਤੇ ਹੁਣ ਕੜੀ ਸਾਡੀ ਜਦੋਂ ਕੜੇਗੀ ਪੱਕੇਗੀ ਇੱਕ ਘੰਟੇ ਬਾਅਦ, ਫਿਰ ਮੈਂ ਤੁਹਾਨੂੰ ਦਿਖਾਵਾਂਗੀ ਡਿਸ਼ ਆਊਟ ਕਰਕੇ। ਅਤੇ ਇੰਤਜ਼ਾਰ ਕਰੋ, ਇੰਤਜ਼ਾਰ ਦੀਆਂ ਘੜੀਆਂ ਤੁਹਾਡੀਆਂ ਖਤਮ ਹੋਣਗੀਆਂ ਪੂਰੇ ਇੱਕ ਘੰਟੇ ਬਾਅਦ। ਤਦ ਤੱਕ ਲਈ ਤੁਸੀਂ ਵੀ ਆਪਣਾ ਕੋਈ ਕੰਮ ਕਰ ਲਓ ਜੀ, ਮਿਲਦੇ ਹਾਂ ਇੱਕ ਘੰਟੇ ਦੇ ਬਾਅਦ। ਹਾਂਜੀ ਫਰੈਂਡਸ, ਦੇਖੋ ਇੱਧਰ ਆਪਣੇ ਚਾਵਲ ਬਣ ਕੇ ਹੋ ਗਏ ਰੈਡੀ, ਅਤੇ ਕੜੀ ਵੀ ਆਪਣੀ ਆਲਮੋਸਟ ਹੋ ਹੀ ਚੁੱਕੀ ਆ। ਇੱਕ ਘੰਟਾ ਅਤੇ 10 ਮਿੰਟ ਹੋ ਗਏ ਕੜੀ ਨੂੰ ਪੱਕਦੇ ਪੱਕਦੇ। ਅਤੇ ਹੁਣ ਮੈਂ ਗੈਸ ਦਾ ਫਲੇਮ ਬੰਦ ਕਰਦੀ ਹਾਂ, ਤੁਹਾਨੂੰ ਦਿਖਾਉਂਦੀ ਹਾਂ ਕੜੀ, ਚੈੱਕ ਕਰਦੇ ਹਾਂ ਜੀ ਕੜੀ। ਹਾਂ, ਦੇਖੋ ਕੜੀ ਦੇ ਉੱਪਰ ਜਿੱਦਾਂ ਇਸ ਤਰ੍ਹਾਂ ਨਾ ਲਾਲ ਲਾਲ ਜਿਹਾ ਆਉਣਾ ਸ਼ੁਰੂ ਹੋ ਜਾਇਆ, ਦੇਖੋ ਤੁਹਾਨੂੰ ਸ਼ਾਇਦ ਨਜ਼ਰ ਆ ਰਿਹਾ ਹੋਗਾ ਘਿਓ ਜਿਹਾ ਜਿੱਦਾਂ। ਇਟ ਮੀਨਸ ਕਿ ਆਪਣੀ ਜਿਹੜੀ ਕੜੀ ਬਣ ਕੇ ਹੋਈ ਹੈ ਤਿਆਰ। ਅਤੇ ਹੁਣ ਮੈਂ ਗੈਸ ਦਾ ਫਲੇਮ ਬੰਦ ਕਰ ਰਹੀ ਹਾਂ, ਅਤੇ ਇਹਨੂੰ ਫਾਈਨਲ ਟੱਚ ਦੇਵਾਂਗੇ ਅਸੀਂ, ਅਤੇ ਮਿਕਸ ਕਰ ਦੇਵਾਂਗੀ। ਅਤੇ ਹੁਣ ਅਸੀਂ ਇਹਨੂੰ ਦੇਵਾਂਗੇ ਫਾਈਨਲ ਟੱਚ, ਕਿਉਂਕਿ ਇੱਕ ਘੰਟਾ ਅਤੇ 10 ਮਿੰਟ ਤੋਂ ਵੀ ਜ਼ਿਆਦਾ ਉੱਪਰ ਹੋ ਗਿਆ ਕੜੀ ਪੱਕਦੇ ਪੱਕਦੇ। ਫਾਈਨਲ ਟੱਚ ਦੇਣ ਵਾਸਤੇ ਮੈਂ ਪੈਨ ਦੇ ਵਿੱਚ ਘਿਓ ਪਾ ਲਿਆ ਦੇਸੀ, ਅਸੀਂ ਘਿਓ ਪਾ ਕੇ ਅਤੇ ਤੜਕਾ ਪੈਨ ਰੱਖ ਦੇਵਾਂਗੇ ਉੱਪਰ, ਇਹਨੂੰ ਹੁਣ ਪਿਘਲਾਵਾਂਗੇ। ਪਿਘਲ ਜਾ ਸਿਮ ਸਿਮ, ਖੁੱਲ ਜਾ ਸਿਮ ਸਿਮ। ਕੜੀ ਕੜੀ ਦੇਖ ਕੇ ਨਾ ਮੂੰਹ 'ਚ ਪਾਣੀ ਕਿਹਦੇ ਕਿਤੇ ਆ ਗਿਆ, ਜਲਦੀ ਦੱਸ ਦਿਓ। ਹੁਮਾ ਸਿਸਟਰ ਦੇ ਤਾਂ ਪੱਕਾ ਹੀ ਆਇਆ ਹੋਣਾ, ਗੁਲ ਸਿਸਟਰ ਦੇ ਵੀ ਆ ਗਿਆ ਹੋਣਾ, ਹੈ ਨਾ, ਫਾਤਿਮਾ ਸਿਸਟਰ ਦੇ ਵੀ ਆ ਗਿਆ ਹੋਣਾ, ਸਾਰਿਆਂ ਦੇ ਆ ਗਿਆ ਹੋਣਾ, ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਨਾ ਸਾਰੀਆਂ, ਸਵੀਟ ਸਵੀਟ ਸਾਰਿਆਂ ਦੇ ਮੂੰਹ 'ਚ ਤਾਂ ਪਾਣੀ ਪੱਕਾ ਹੀ ਆਇਆ ਕੜੀ ਦੇਖ ਕੇ। ਅਤੇ ਹੁਣ ਜਦੋਂ ਮੈਂ ਅਸੈਂਬਲ ਕਰਨੀ ਨਾ, ਯਾਨੀ ਕਿ ਮੈਂ ਡਿਸ਼ ਆਊਟ ਕਰਨੀ ਆ, ਫਿਰ ਤਾਂ ਮੈਨੂੰ ਲੱਗਦਾ ਵੀ ਮੁਸ਼ਕਲ ਹੀ ਆ। ਫਟਾਫਟ ਸਾਰਿਆਂ ਦਾ ਦਿਲ ਕਰਦਾ ਕਿ ਕੜੀ ਖਾਓ ਫਟਾਫਟ, ਅਤੇ ਇਹਨੂੰ ਘਿਓ ਨੂੰ ਪਿਘਲਾ ਕੇ, ਅਤੇ ਹੁਣ ਫਾਈਨਲ ਟੱਚ ਦੇਵਾਂਗੇ ਅਸੀਂ। ਅਤੇ ਦੇਸੀ ਘਿਓ ਆਪਣਾ ਹੋ ਚੁੱਕਾ ਗਰਮ, ਅਤੇ ਇਹਦੇ ਵਿੱਚ ਹੁਣ ਮੈਂ ਐਡ ਕਰ ਰਹੀ ਹਾਂ ਕਿੰਨਾ ਬੜਾ ਲਸਣ, ਫਾਈਨਲੀ ਚੌਪ ਕੀਤਾ ਹੋਇਆ ਲਸਣ। ਇਹਨੂੰ ਅਸੀਂ ਕਰ ਦੇਣਾ ਆ ਬਰਾਊਨ, ਯਾਨੀ ਕੀ ਕਰ ਦੇਣਾ ਬਰਾਊਨ, ਬਰਾਊਨ ਦਾ ਮਤਲਬ ਬਰਾਊਨ ਕਰ ਦੇਣਾ, ਥੋੜ੍ਹੀ ਜਿਹੀ ਅਜਵਾਇਣ ਪਾ ਦੇਣੀ ਨਾਲ। ਮੈਂ ਕਿਹਾ ਬਣਾ ਕੇ ਤਾਂ ਦੇਖਿਓ ਤੁਸੀਂ ਇਸ ਟਾਈਮ ਨਾਲ, ਤੁਸੀਂ ਤਾਂ ਮੀਰਾ ਨੂੰ ਯਾਦ ਕਰਨਾ ਆ। ਆ ਲਓ ਜੀ, ਜੀਰਾ ਵੀ ਪਾਤਾ ਆ। ਅਤੇ ਤੁਸੀਂ ਜਦੋਂ ਖਾਣੀ ਆ ਕੜੀ ਇੱਦਾਂ ਬਣਾ ਕੇ, ਤੁਸੀਂ ਕਹਿਣਾ ਵਾਹ ਮੀਰਾ ਤੇਰੀ ਕਿਆ ਬਾਤ ਹੈ, ਤੂੰ ਕਿੱਥੇ ਬੈਠ ਕੇ ਇੱਦਾਂ ਦੀਆਂ ਡਿਸ਼ ਬਣਾਉਂਦੀ ਰਹਿੰਦੀ ਆ। ਬਰਾਊਨ 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 ਬਰਾਊਨ। ਚਲੋ ਹੁਣ 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 ਕੀ ਕਰਨਾ ਆ, ਕੀ ਕਰਨਾ ਹੁਣ ਦੱਸੋ,
ਦੱਸੋ ਲਸਣ ਨੂੰ ਬਰਾਊਨ ਕਰਨਾ ਆ ਕੰਮ ਆਉਂਦੇ ਨਹੀਂ ਤੁਸੀਂ ਕੁਛ ਗੈਸ ਨੂੰ ਬੰਦ ਕਰ ਦੇਣਾ ਆ ਲਸਣ ਅਸੀਂ ਸਾੜਨਾ ਥੋੜ੍ਹਾ ਅਤੇ ਥੋੜ੍ਹੀ ਜਿਹੀ ਲਾਲ ਮਿਰਚ ਪਾ ਦੇਣੀ ਆ ਇੱਦਾਂ ਕਰੀਦਾ ਹੁੰਦਾ ਫਿਰ ਇੱਦਾਂ ਤਿਆਰੀਆਂ ਕਰੀਦੀਆਂ ਕੜੀਆਂ ਅਤੇ ਹੁਣ ਹੁਣ ਕੀ ਕਰਨਾ ਹੁਣ ਅਸੀਂ ਇਹਨੂੰ ਇਹਨੂੰ ਕਹਿੰਦੇ ਆ ਮੀਰਾ ਦੇ ਹੱਥ ਦੀ ਕੜੀ ਸਵਾਦ ਬੜੀ ਬੜੀ ਅਤੇ ਹੁਣ ਹੁਣ ਕੀ ਕਰਨਾ ਹੈ ਜਲਦੀ ਦੱਸੋ ਵੀ ਹੁਣ ਕੀ ਕਰਨਾ ਹੈ ਹੁਣ ਅਸੀਂ ਕਰਨਾ ਹੈ ਉੱਪਰ ਖੂਬ ਸਾਰਾ ਧਨੀਆ ਪਾਉਣਾ ਮਜ਼ਾ ਹੀ ਆਉਣ ਵਾਲਾ ਅੱਜ ਕੜੀ ਖਾ ਕੇ ਸਾਰਿਆਂ ਨੂੰ ਲਓ ਜੀ ਖੂਬ ਸਾਰਾ ਧਨੀਆ ਪਾ ਦਿੱਤਾ ਅਤੇ ਇੱਕ ਵਾਰੀ ਤੁਸੀਂ ਦੇਖੋ ਸਹੀ ਕੜੀ ਕੜੀ ਦੀ ਦੇਖੋ ਸ਼ਕਲ ਅਤੇ ਕੜੀ ਦੀ ਦੇਖੋ ਅਕਲ ਅਤੇ ਹੁਣ ਕੜੀ ਅਸੀਂ ਪਾ ਕੇ ਲੈ ਕੇ ਜਾਵਾਂਗੇ ਮੰਮੀ ਜੀ ਵਾਸਤੇ ਅਤੇ ਨਾਲ ਥੋੜ੍ਹੇ ਜਿੰਨੇ ਚਾਵਲ ਜੀ ਕੜੀ ਵੀ ਪਾਤੀ ਹੈ ਅਤੇ ਚਾਵਲ ਵੀ ਪਾਤੇ ਆ ਹੁਣ ਜਾਣਾ ਸੀ ਮੰਮੀ ਜੀ ਵਾਸਤੇ ਲੈ ਕੇ ਅਤੇ ਮੰਮੀ ਜੀ ਵਾਸਤੇ ਲੈ ਕੇ ਜਾਣ ਵਾਸਤੇ ਸਾਨੂੰ ਵਧੀਆ ਇੱਕ ਤਰੀਕੇ ਨਾਲ ਇਹਦੀ ਵੀ ਡੈਕੋਰੇਸ਼ਨ ਵੀ ਕਰਨੀ ਚਾਹੀਦੀ ਨਾ ਤਾਂ ਕਿ ਮੰਮੀ ਜੀ ਨੂੰ ਆ ਜਾਵੇ ਪਸੰਦ ਅਤੇ ਚਲੋ ਜੀ ਚਲੀਏ ਫਿਰ ਮੇਰੇ ਨਾਲ ਮੰਮੀ ਜੀ ਦੇ ਕੋਲ ਕੜੀ ਦੇ ਚਾਵਲ ਲੈ ਕੇ ਅਤੇ ਇਹਨਾਂ ਨੂੰ ਟੇਸਟ ਕਰਵਾਈਏ ਕੌਣ ਕੌਣ ਆ ਤਿਆਰ ਮੇਰੇ ਨਾਲ ਜਾਣ ਨੂੰ ਕੌਣ ਕੌਣ ਹੈ ਜੀ ਚਲੋ ਜੀ ਚੱਲਦੇ ਹਾਂ ਫਿਰ ਮੰਮੀ ਬੈਠੇ ਆ ਜੀ ਮੰਮੀ ਦੇ ਮੂੰਹ ਦੇ ਵਿੱਚ ਵੀ ਲਾਲਾਂ ਡਿੱਗ ਰਹੀਆਂ ਕੜੀ ਦਾ ਨਾਮ ਸੁਣ ਕੇ ਮੰਮੀ ਮੂੰਹ ਉੱਪਰ ਚੱਕੇ ਯਾਰ ਹਾਂ ਦੇਖੋ ਇੱਧਰ ਦੇਖੋ ਇੰਨਾ ਬੜਾ ਸਲਾਦ ਮੰਮੀ ਨੇ ਖਾਣਾ ਇੰਨੇ ਬੜੀ ਕੜੀ ਚੌਲ ਖਾਣੇ ਐ ਰਿਹਾ ਜੀ ਕੜੀ ਚੌਲ ਅਤੇ ਐ ਰਿਹਾ ਸਲਾਦ ਹੁਣ ਮੰਮੀ ਜੀ ਖਾਣ ਕੇ ਅਤੇ ਖਾਣ ਕੇ ਧੂੰਆਂ ਮਚਾਉਣਗੇ ਖਾਓ ਮੰਮੀ ਜੀ ਦੇ ਫਟਾਫਟ ਦੱਸੋ ਵਾਹ ਬਈ ਕਿੱਦਾਂ ਸ਼ਕਲ ਕਿੱਦਾਂ ਦੀ ਕੜੀ ਦੀ ਪਹਿਲਾਂ ਦੱਸੋ ਵਧੀਆ ਚਾਟੀ ਦੀ ਲੱਸੀ ਦੀ ਕੀ ਕਹਿੰਦੇ ਹੁੰਦੇ ਆ ਕੜੀ ਹੈ ਨਾ ਵਾਹ ਚੁੱਕ ਦਿਓ ਫੱਟੇ ਅਤੇ ਨੱਪ ਦਿਓ ਕੀਲੀ ਕੜੀ ਖਾ ਕੇ ਪਹੁੰਚ ਜਾਓ ਸਾਰੇ ਦਿੱਲੀ ਕੇਜਰੀਵਾਲ ਦੇ ਕੋਲ ਫੂਕ ਮਾਰਦੇ ਮਾਰਦੇ ਦੰਦ ਨਾ ਕੱਢ ਕੇ ਜਾਣੇ ਉਹਦੇ ਮਾਰੇ ਖੱਟੀ ਹੈ ਮੰਮੀ ਸਾਡੇ ਨੂੰ ਨਾ ਖੱਟੀ ਕੜੀ ਪਸੰਦ ਆ ਕਮੈਂਟ ਕਰਕੇ ਦੱਸਿਓ ਕਿਸੇ ਨੂੰ ਕਹਿੰਦੇ ਖੱਟੀ ਕੜੀ ਪਸੰਦ ਆ ਮੈਨੂੰ ਨਹੀਂ ਖੱਟੀ ਪਸੰਦ ਵੈਸੇ ਮੰਮੀ ਮੈਨੂੰ ਤਾਂ ਬਹੁਤ ਖੱਟੀ ਪਸੰਦ ਆ ਮੰਮੀ ਸਾਡੇ ਨੂੰ ਨਾ ਖੱਟੀਆਂ ਚਟਪਟੀਆਂ ਚੀਜ਼ਾਂ ਬਹੁਤ ਪਸੰਦ ਹੈ ਅਤੇ ਕੜੀ ਵੀ ਮੰਮੀ ਨੂੰ ਖੱਟੀ ਚਾਹੀਦੀ ਕਦੀ ਕਦੀ ਸਾਡੀ ਕੜੀ ਜਦੋਂ ਖੱਟੀ ਨਾ ਬਣੇ ਨਾ ਅਸੀਂ ਪਤਾ ਵਿੱਚ ਨਿੰਬੂ ਨਹੀਂ ਜੋੜ ਦੇਈਦਾ ਮੰਮੀ ਨੂੰ ਪਰ ਅੱਜ ਤਾਂ ਮੰਮੀ ਚੱਟ ਦੀ ਲੱਸੀ ਦਾ ਕੁਛ ਫਲੇਵਰ ਵੱਖਰਾ ਨਹੀਂ ਵੱਖਰਾ ਉੱਧਰ ਬਹੁਤ ਸਵਾਦ ਸੋਹਣੀ ਬੜੀ ਬੜੀ ਗਾਰੀ ਜਿਹੀ ਅੱਗੇ ਆ ਸਵਾਦ ਆਇਆ ਜਿਹੜਾ ਪਹਿਲਾਂ ਆਪਣੀਆਂ ਚਾਟੀਆਂ ਹੁੰਦਾ ਆਪਣੀਆਂ ਚਾਟੀਆਂ ਕਿਹੜੀਆਂ ਹੁੰਦੀਆਂ ਤੁਸੀਂ ਤਾਂ ਆਪ ਚਾਟੀਆਂ ਆ ਉਹ ਜਦੋਂ ਮੱਝਾਂ ਰੱਖੀਆਂ ਹੁੰਦੀਆਂ ਮੱਝਾਂ ਕਦੋਂ ਰੱਖੀਆਂ ਨੇ ਤੁਸੀਂ ਰੱਖੀਆਂ ਨੇ ਕਦੋਂ ਰੱਖੀਆਂ ਸੀ ਇੱਕ ਹਾਂ ਇਹ ਮੇਰੀ ਮਾਂ ਕਹਿੰਦਾ ਮੈਨੂੰ ਲੜਨ ਨੂੰ ਪੈਂਦੀ ਨਹੀਂ ਹੁਣ ਤੁਸੀਂ ਸਾਰੀ ਇਕੱਲਿਆਂ ਨੇ ਖਾਣੀ ਓਏ ਹੋਏ ਪਿਆਜ਼ ਮੂੰਹ ਚੋਂ ਲਟਕ ਗਿਆ ਬਾਹਰ ਬਹੁਤ ਸਵਾਦ ਇੰਨੀ ਸਵਾਦ ਲੱਗੀ ਹੈ ਨਾ ਤੁਹਾਨੂੰ ਸੱਚੀ ਸਵਾਦ ਆ ਸੁਣ ਕਰੀ ਸੈਲਡ ਵੀ ਖਾ ਲਓ ਦੇਖੋ ਮੇਰੇ ਮੰਮੀ ਕਿੰਨਾ ਸੈਲਡ ਖਾਂਦੇ ਤੁਸੀਂ ਕਹਿੰਦੇ ਨਾ ਮੀਰਾ ਖਿਆਲ ਨਹੀਂ ਰੱਖਦੀ ਮੂਲੀਆਂ ਆ ਔਰ ਨਾਲ ਗਾਜਰ ਹੈ ਅਤੇ ਨਾਲ ਹੈਗਾ ਆ ਖੀਰਾ ਚੁੱਕ ਤੇ ਫੱਟੇ ਮੰਮੀ ਨੇ ਖੀਰੇ ਦੇ ਵੀ ਅਤੇ ਬਾਕੀਆਂ ਨੂੰ ਵੀ ਖਵਾ ਦਿਓ ਜਿਹੜੇ ਤੁਹਾਡੇ ਵੱਲ ਦੇਖਦੇ ਆ ਸਾਰਾ ਪਾਕਿਸਤਾਨ ਖਾਵੇ ਸਾਰਾ ਹਿੰਦੁਸਤਾਨ ਖਾਵੇ ਅਤੇ ਸਾਰੀ ਦੁਨੀਆਂ ਵਿੱਚ ਜਿੱਥੇ ਜਿੱਥੇ ਬੈਠੇ ਨੇ ਸਾਡੇ ਚਾਹੁਣ ਵਾਲੇ ਪਿਆਰ ਕਰਨ ਵਾਲੇ ਸਪੋਰਟ ਕਰਨ ਵਾਲੇ ਸਾਰਿਆਂ ਵਾਸਤੇ ਹੈ ਨਾ ਕਹਿ ਦਿਓ ਮੂੰਹ ਉੱਪਰ ਚੱਕ ਕੇ ਜਿੰਨੇ ਵੀ ਮੈਨੂੰ ਚਾਹੁੰਦੇ ਆ ਜਿਹੜੇ ਮੇਰੇ ਨਾਲ ਪਿਆਰ ਕਰਦੇ ਆ ਜਿਹੜੇ ਨਹੀਂ ਵੀ ਕਰਦੇ ਸਾਰੇ ਖਾਓ ਜਿਹੜੇ ਨਹੀਂ ਵੀ ਕਰਦੇ ਉਹ ਵੀ ਖਾਓ ਉਹ ਵੀ ਖਾਓ ਸਾਰਿਆਂ ਲਈ ਬਣੀ ਕੜੀ ਬਹੁਤ ਸਵਾਦ ਆ ਕੜੀ ਆਲੂਆਂ ਵਾਲੀ ਪੰਜਾਬੀਆਂ ਦੀ ਜਾਨ ਆ ਨਾ ਕੜੀ ਹਾਂ ਕਿਹੜੀ ਕਿਹੜੀ ਚੀਜ਼ ਪੰਜਾਬੀਆਂ ਦੀ ਜਾਨ ਆ ਇੱਕ ਸਾਗ ਹੋ ਗਿਆ ਅਤੇ ਨਾਲ ਮੱਕੀ ਦੀ ਰੋਟੀ ਇੱਕ ਕੜੀ ਚਾਵਲ ਅਤੇ ਰਾਜਮਾਂਹ ਚਾਵਲ ਹੈ ਨਾ ਰਾਜਮਾਂਹ ਹਾਂ ਹੋਰ ਕੀ ਆ ਮੁਰਗਾ ਸ਼ੁਰਗਾ ਅਸੀਂ ਖਾਂਦੇ ਨਹੀਂ ਮੁਰਗਾ ਤੁਸੀਂ ਮੁਰਗਾ ਨਾ ਖਾਓ ਮੁਰਗੀ ਖਾ ਲਓ ਨਾ ਮੈਂ ਖਾਂਦੀ ਨਹੀਂ ਮੁਰਗੀ ਨਹੀਂ ਖਾਣੀ ਤੁਸੀਂ ਮੰਮੀ ਵੈਸੇ ਚਲੋ ਕੜੀ ਕਹਿੰਦੇ ਸਵਾਦ ਬਣਦੀ ਕੜੀ ਵੈਸੇ ਰਿੱਝ ਰਿੱਝ ਕੇ ਵਧੀਆ ਕਦੀ ਮੈਂ ਤੁਹਾਨੂੰ ਕਹਿੰਦੀ ਹਾਂ ਵੀ ਕੜੀ ਜਿਹੜੀ ਸਵਾਦ ਬਣਦੀ ਆ ਮਤਲਬ ਰਿੱਝ ਰਿੱਝ ਕੜੀ ਬਣਦੀ ਆ ਕੜ ਕਰਕੇ ਅਤੇ ਧੁੱਪ ਸੇਕੀ ਦੀ ਆ ਕੋਠੇ ਚੜ੍ਹ ਚੜ੍ਹ ਕੇ ਅਤੇ ਬੰਦਾ ਅਫਸਰ ਬਣਦਾ ਆ ਪੜ੍ਹ ਪੜ੍ਹ ਕੇ ਅਤੇ ਅੱਧੇ ਲੋਕ ਉੱਦਾਂ ਹੀ ਮਰ ਜਾਂਦੇ ਆ ਸੜ ਸੜ ਕੇ ਵਾਹ ਜੀ ਵਾਹ ਦੇਖਿਆ ਜੀ ਮੰਮੀ ਸਾਡੀ ਦੀ ਸ਼ਾਇਰੀ ਅਤੇ ਲਓ ਜੀ ਕੜੀ ਮੰਮੀ ਨੂੰ ਆ ਗਈ ਆ ਪਸੰਦ ਅਤੇ ਇੰਨੀ ਕੁ ਸਵਾਦ ਲੱਗਣ ਡਈ ਆ ਕਿ ਮੰਮੀ ਆਪਣੇ ਕੱਪੜਿਆਂ ਦੇ ਉੱਤੇ ਸਿੱਟੀ ਜਾਂਦੇ ਆ
और मम्मी का बोलन भी नहीं दिल करता, मम्मी कहते फटाफट खा जा है ना, कोई गलबात करनी, कोई स्नेहा स्नेहा की जे नहीं कुछ बनाऊंगी तो कड़ी बना खा लो। ले ए स्नेहा भी जे कुछ नहीं बनाऊंगी तो कड़ी बना के खा लो, जे किसी को लस्सी ना आवे प्यूटो जो तो मिलती है। मम्मी तुसी ना दो मिनट स्टॉप कर लो कड़ी नू तो गल कर लो है ਉਹਨਾਂ ਪਤਾ ਕਿਦਾਂ ਲੱਗੀ ਪਰ ਬਹੁਤ ਸਵਾਦ ਲੱਗੀ ਕੜੀ। ਤੁਸੀਂ ਮੂਹ ਲਵੇੜ ਲਿਆ ਸਾਰਾ ਆਪਣਾ ਹੋਰ ਤੇ ਸਵਾਦ ਜੂਗਾ ਆਈ ਲਵੇੜਿਆ ਨਾ। ਤੁਸੀਂ ਕਹਿਤਾ ਵੀ ਜੇ ਕੁਛ ਬਣਾਉਣ ਨੂੰ ਨਾ ਹੋਵੇ ਕੜੀ ਬਣਾ ਲਓ, ਕੜੀ ਵਾਸਤੇ ਵੀ ਤੁਹਾਨੂੰ ਕਿੰਨਾ ਪਤਾ ਕਿੰਨਾ ਕੁਛ ਚਾਹੀਦਾ, ਲੱਸੀ ਚਾਹੀਦੀ ਆ, ਬੇਸਣ ਚਾਹੀਦਾ, ਦਹੀਂ ਚਾਹੀਦਾ ਮਤਲਬ ਬੇਸਣ ਚਾਹੀਦਾ, ਫਿਰ ਧਨੀਆ ਚਾਹੀਦਾ, ਪਿਆਜ਼ ਚਾਹੀਦਾ, ਆਲੂ ਚਾਹੀਦੇ, ਤੇਲ ਚਾਹੀਦਾ, ਘਿਓ ਚਾਹੀਦਾ, ਕੜੀ ਪੱਤਾ ਚਾਹੀਦਾ, ਜੀਰਾ ਚਾਹੀਦਾ, ਲਸਣ ਅਦਰਕ ਪਿਆਜ਼ ਸਾਰਾ ਕੁਛ ਚਾਹੀਦਾ। ਪਿੰਡਾਂ 'ਚ ਤਾਂ ਲੱਸੀਆਂ ਮਿਲ ਜਾਂਦੀਆਂ, ਧਨੀਆਂ ਮੇਥੀਆਂ ਸਭ ਕੁਛ ਲੋਕਾਂ ਨੇ ਬਗੀਚਿਆਂ 'ਚ ਲਾਏ ਹੋਏ ਆ, ਬੇਸਣ ਹੀ ਲੈਣਾ ਮੁੱਲ। ਅੱਛਾ ਤੇ ਰਸੋਈ ਦੇ ਵਿੱਚ ਸਾਰੇ ਮਸਾਲੇ ਪਏ ਹੋਏ, ਘੋਲ ਤਾਂ ਕੜੀ ਬਣਾ ਲਓ, ਸਾਰਾ ਟੱਬਰ ਕੁਝ ਖਾ ਲਓ। ਖੁਸ਼ ਕਿੱਦਾਂ, ਹੱਸ ਹੱਸ ਕੇ ਖਾਂਦੇ ਸਾਰੇ, ਕਿੱਦਾਂ ਖੁਸ਼ ਕਿੱਦਾਂ ਹੋਵੇ ਖਾਂਦੇ ਆ, ਹੱਸ ਕੇ ਕਿੱਦਾਂ ਬਹੁਤ ਸਵਾਦ ਇੱਦਾਂ। ਅੱਛਾ ਬਹੁਤ ਸਵਾਦ। ਅੱਛਾ ਮੰਮੀ ਦੇਖ ਲਓ ਕਿੰਨੇ ਖੁਸ਼ ਆ ਕੜੀ ਵੱਲ ਦੇਖ ਕੇ ਹੈ ਨਾ। ਖਾਓ ਖਾਓ ਫਟਾਫਟ, ਇੱਕ ਅੱਧਾ ਚਮਚਾ ਹੋਰ ਖਾ ਲਓ। ਨਹੀਂ ਨਾ ਖਾ, ਨਹੀਂ ਮੈਂ ਕਿਹਾ ਖਾ ਲਓ ਮੰਮੀ, ਮੈਂ ਤਾਂ ਨਹੀਂ ਕਹਿ ਰਹੀ ਸੀ ਖਾਓ ਅਤੇ ਗੱਲਾਂ ਵੀ ਕਰੋ ਅਤੇ ਇੱਧਰ ਵੀ ਦੇਖੋ। ਬਹੁਤ ਸਵਾਦ ਖੱਟੀ ਕੜੀ, ਬਹੁਤ ਸਵਾਦ ਖੱਟੀ ਕੜੀ, ਬਸ ਇੱਕੋ ਗੱਲ ਮੰਮੀ ਦੇ ਮੂੰਹ 'ਤੇ ਚੜ੍ਹੀ ਹੈ, ਬਹੁਤ ਸਵਾਦ ਖੱਟੀ ਕੜੀ ਦੇਖ ਕੇ ਨਾ ਮੰਮੀ ਨੂੰ ਕੋਈ ਗੱਲ ਹੀ ਨਹੀਂ ਆਉਂਦੀ, ਭੁੱਲ ਗਿਆ ਨਾ ਸਾਰੀਆਂ ਗੱਲਾਂ। ਕਿਉਂ ਨਹੀਂ ਲੱਗਦੀ ਆਲੂ ਗੋਣੀ ਆਈ ਸਵਾਦ ਹੈ, ਪਤਾ ਨਹੀਂ ਕੁਦਰਤੀ ਇਹ ਗੱਲ। ਅੱਛਾ ਮੰਮੀ ਕਹਿੰਦੇ ਮੈਨੂੰ ਪਕੌੜਿਆਂ ਵਾਲੀ ਕੜੀ ਨਹੀਂ ਸਵਾਦ ਲੱਗਦੀ, ਆਲੂ ਅਤੇ ਗੰਡਿਆਂ ਵਾਲੀ, ਅਤੇ ਤੁਸੀਂ ਵੀ ਦੱਸਿਓ ਕਿਹਨੂੰ ਕਿਹਨੂੰ ਆਲੂ ਪਿਆਜ਼ਾਂ ਵਾਲੀ ਯਾਨੀ ਗੰਡਿਆਂ ਵਾਲੀ ਕੜੀ ਸਵਾਦ ਲੱਗਦੀ ਆ, ਹੈਂ ਆਏ ਮੰਮੀ ਮੇਰੀ ਵੀ ਜੀਭ ਉਤਰਦੀ ਆ ਤੁਹਾਡੇ ਵੱਲ ਦੇ ਕੇ, ਨਹੀਂ ਮੈਂ ਹਾਲੇ ਖਾਣੀ ਨਹੀਂ, ਖਾਣਾ ਤੁਸੀਂ ਨਹੀਂ ਨਹੀਂ ਨਾ ਨਾ ਇੱਕ ਚਮਚਾ ਨਹੀਂ ਮੈਂ ਖਾਣੀ। ਹੋਰ ਕੋਈ ਗੱਲਬਾਤ ਕਰ ਲਓ, ਉਹਨਾਂ ਨੂੰ ਕੋਈ ਸੁਨੇਹਾ, ਕੋਈ ਉਹਨਾਂ ਨੂੰ ਦੁਆ, ਕੋਈ ਆਸ਼ੀਰਵਾਦ ਦਿਓ ਆਪਣੇ ਬੱਚਿਆਂ ਨੂੰ। ਹਾਏ ਰਾਜੀ ਖੁਸ਼ੀ ਰਹੋ ਆਪਣੇ ਪਰਿਵਾਰਾਂ ਦੇ ਵਿੱਚ, ਪਰਿਵਾਰਾਂ ਨੂੰ ਖੁਸ਼ ਰੱਖੋ। ਕਿੱਦਾਂ ਖੁਸ਼ ਰੱਖੀਦਾ ਪਰਿਵਾਰਾਂ ਨੂੰ, ਇਹ ਵੀ ਦੱਸ ਦਿਓ। ਪਰਿਵਾਰਾਂ ਜਿਹੜੇ ਚੀਜ਼ ਮੰਗਦੇ ਆ ਲਿਆ ਕੇ ਦਿਓ, ਬਣਾਓ ਖਾਓ ਅਗਲੇ ਦੀ ਮਰਜ਼ੀ ਦਾ, ਖੁਸ਼ ਰਹੋ। ਕਈ ਜਨਾਨੀਆਂ ਦਾ ਮਤਲਬ ਫਿਰ ਵੀ ਨਹੀਂ ਖੁਸ਼ ਹੁੰਦੀਆਂ ਚੀਜ਼ਾਂ ਲਿਆ ਕੇ, ਫਿਰ ਉਹਨਾਂ ਨੂੰ ਕਿੱਦਾਂ ਖੁਸ਼ ਕਰੀਏ। ਉਹ ਨਹੀਂ ਹੁੰਦੀਆਂ ਤਾਂ ਉਹਨਾਂ ਦੀ ਮਰਜ਼ੀ, ਉਹ ਜੋ ਉਹਨਾਂ ਦੀ ਅਕਲ ਵਾ, ਪਰ ਆਪਣੇ ਟੱਬਰ ਆਪਣੇ ਆਦਮੀ ਨੇ ਆਪਣੀ ਜਨਾਨੀਆਂ ਖੁਸ਼ ਰਹਿਣਾ ਚਾਹੀਦਾ। ਕਈ ਲੇਡੀਜ਼ ਜਨਾਨੀਆਂ ਹੈਗੀਆਂ ਆ ਘਰ ਦੇ ਵਿੱਚ ਸਭ ਕੁਛ ਹੁੰਦੇ ਹੋਏ, ਪੈਸਾ ਧਨ ਦੌਲਤ ਪਿਆਰ ਪਿਊਰ ਹੁੰਦੇ ਆ, ਵੀ ਕੁਛ ਨਹੀਂ ਹੁੰਦੀਆਂ, ਉਹਨਾਂ ਦਾ ਕੀ ਹੱਲ ਕੀਤਾ ਜਾਵੇ? ਉਹਨਾਂ ਦੀ ਕਿਸਮਤ ਮਾੜੀ। ਸਹੀ ਗੱਲ, ਉਹਨਾਂ ਦੀ ਕਿਸਮਤ ਮਾੜੀ ਹੈ ਨਾ। ਹਾਂ ਪਿਆਰ ਨਾਲ ਰਹੋ ਜੀ ਆਪਣੇ ਪਰਿਵਾਰ, ਇੱਕ ਦੂਜੇ ਦਾ ਸੁਭਾਅ ਪਾ ਲੈਣਾ ਚਾਹੀਦਾ, ਜੇ ਕੋਈ ਕੌੜਾ ਹੈ ਤਾਂ ਹੁਣ ਉੱਦਾਂ ਹੀ ਹੋ ਜਾਓ, ਮਿੱਠੇ ਹੋ ਜਾਓ ਨਾ, ਜੇ ਕੋਈ ਕੌੜਾ ਤਾਂ ਕੌੜੇ ਹੋ ਜਾਓ, ਜੇ ਮਤਲਬ ਗੁੱਸੇ ਵਾਲਾ ਤਾਂ ਤੁਸੀਂ ਠੰਡੇ ਹੋ ਜਾਓ, ਠੰਡੇ ਹੋ ਜਾਓ। ਹਾਂ ਇੰਨੇ ਵੀ ਨਾ ਠੰਡੇ ਹੋ ਜਾਓ ਕਿ ਬਾਅਦ 'ਚ ਬਰਫ਼ 'ਚ ਹੀ ਲਾਉਣਾ ਪੈ ਜਾਵੇ ਨਾ, ਬਰਫ਼ 'ਚ ਹੀ ਲਾਉਂ। ਚਲੋ ਜੀ ਮੰਮੀ ਜੀ ਨੂੰ ਆ ਗਈ ਆ ਪਸੰਦ ਕੜੀ ਅਤੇ ਚੌਲ, ਅਤੇ ਮੈਂ ਹੁਣ ਵੀਡੀਓ ਨੂੰ ਮੈਨੂੰ ਲੱਗਦਾ ਵੀ ਇੱਥੇ ਬੰਦ ਕਰ ਦੇਵਾਂ, ਕਿਉਂਕਿ ਮੰਮੀ ਸਾਡੇ ਨੂੰ ਗੱਲਾਂ ਤਾਂ ਆ ਨਹੀਂ ਰਹੀਆਂ, ਅੱਜ ਬੜੀ ਬੜੀ ਮਜ਼ੇਦਾਰ ਲੱਗ ਰਹੀ ਆ ਮੰਮੀ ਨੂੰ, ਅਤੇ ਮਿਲਦੇ ਹਾਂ ਜੀ ਆਪਣੀ ਅਗਲੀ ਵੀਡੀਓ ਵਿੱਚ। ਉਸ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਵਾਸਤੇ ਜਿੱਦਾਂ ਹਮੇਸ਼ਾ ਦੁਆ ਕਰਦੀ ਹੁੰਦੀ ਹਾਂ ਕਿ ਤੁਸੀਂ ਸਾਰੇ ਹੀ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੇ ਆਪਣੇ ਬੱਚਿਆਂ ਨਾਲ ਮਾਂ ਪਿਓ ਨਾਲ ਭੈਣਾਂ ਭਰਾਵਾਂ ਨਾਲ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਪਰਮਾਤਮਾ ਤੁਹਾਡੇ ਸਾਰਿਆਂ ਨੂੰ ਖੂਬ ਸਾਰੀਆਂ ਤਰੱਕੀਆਂ ਦੇਵੇ, ਔਰ ਖੂਬ ਸਾਰੀਆਂ ਤੁਹਾਨੂੰ ਦੌਲਤਾਂ ਸ਼ੋਹਰਤਾਂ ਮਿਲਣ, ਖੂਬ ਸਾਰਾ ਤੁਹਾਡਾ ਨਾਂ ਹੋਵੇ ਦੁਨੀਆ 'ਤੇ, ਤੁਹਾਡੇ ਬੱਚੇ ਤੁਹਾਡੀ ਹਮੇਸ਼ਾ ਇੱਜ਼ਤ ਕਰਨ, ਤੁਹਾਨੂੰ ਪਿਆਰ ਕਰਨ, ਅਤੇ ਤੁਸੀਂ ਵੀ ਇੱਕ ਦੂਸਰੇ ਨੂੰ ਪਿਆਰ ਕਰੋ, ਮੁਹੱਬਤ ਕਰੋ, ਮਤਲਬ ਕਦੀ ਕਿਸੇ ਤੋਂ ਜੈਲਸੀ ਨਾ ਕਰੋ, ਸੜੋ ਨਾ, ਹੈ ਨਾ ਮੰਮੀ, ਕਦੀ ਨਹੀਂ ਸੜਨਾ ਚਾਹੀਦਾ ਨਾ। ਕਹਿੰਦੇ ਜਦੋਂ ਅਸੀਂ ਕਿਸੇ ਵੱਲ ਦੇਖ ਕੇ ਸੜਦੇ ਹਾਂ ਨਾ, ਪਰਮਾਤਮਾ ਨਹੀਂ ਖੁਸ਼ ਹੁੰਦਾ, ਜਦੋਂ ਅਸੀਂ ਕਿਸੇ ਦੀ ਖੁਸ਼ੀ ਵੱਲ ਦੇਖ ਕੇ ਖੁਸ਼ ਹੁੰਦੇ ਹਾਂ, ਤਰੱਕੀ ਵੱਲ ਦੇਖ ਕੇ ਖੁਸ਼ ਹੁੰਦੇ ਹਾਂ ਨਾ, ਤਾਂ ਪਰਮਾਤਮਾ ਸਾਡੇ ਤੋਂ ਬਹੁਤ ਖੁਸ਼ ਹੁੰਦਾ ਆ। ਇਸ ਕਰਕੇ ਕਦੀ ਵੀ ਕਿਸੇ ਤੋਂ ਜੈਲਸੀ ਨਾ ਕਰੋ, ਬਹੁਤ ਲੋਕ ਆ ਜਿਹੜੇ ਜੈਲਸੀ ਕਰਦੇ ਆ, ਤੁਹਾਡੀ ਕਿਸਮਤ ਤੁਹਾਡੇ ਨਾਲ, ਸਾਡੀ ਕਿਸਮਤ ਸਾਡੇ ਨਾਲ, ਇਸ ਕਰਕੇ ਹਮੇਸ਼ਾ ਖੁਸ਼ ਰਹੋ ਜੀ, ਅਤੇ ਆਪਣਿਆਂ ਨੂੰ ਖੁਸ਼ ਰੱਖੋ। ਕੁਛ ਕਹਿੰਦਾ ਵੀ ਤਾਂ ਉਹਨੂੰ ਜਵਾਬ ਨਾ ਦਿਓ, ਪਰਮਾਤਮਾ ਆਪੇ ਜਵਾਬ ਦੇ। ਤੁਹਾਡੇ ਇੱਕ ਚਪੇੜ ਮਾਰਦਾ ਨਾ, ਦੂਜੀ ਗੱਲ ਵੀ ਮੋਹਰੇ ਕਰ ਦੋ, ਇੱਕ ਲਾ ਲਓਗੇ ਦੂਜੀ ਵੀ ਕਰ ਦਿਓ ਪਲੀਜ਼, ਇੱਦਾਂ ਚੰਗੀ ਨਹੀਂ ਲੱਗਦੀ, ਇੱਕ ਗੱਲ ਲਾ ਲਦੇ ਕਿ ਚਿੱਠੀ ਹੈ ਨਾ, ਇੱਦਾਂ ਹੀ ਦੇਖਿਆ। ਚਲੋ ਜੀ ਫਿਰ ਕਰਦੇ ਹਾਂ ਵੀਡੀਓ ਦਾ ਐਂਡ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਿਪੀ ਲੈ ਕੇ, ਜਾਂ ਕੋਈ ਵੀਡੀਓ ਜਾਂ ਕੋਈ ਵਲੌਗ ਲੈ ਕੇ। ਤਦ ਤੱਕ ਮੇਰੇ ਵੱਲੋਂ ਅਤੇ ਮੇਰੇ ਕੜੀ ਖਾਣ ਵਾਲੇ ਮੰਮੀ ਜੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।